यार जा नहीं वो ना टोबे वाली साइड से वाकया सुनया एक ए बेटी नू बाप ने ते भरा ने मिल के कत्ल कर दिता गला दबा के ये की वाकया से। यार भाई मैं आप सुन के मैंने बहुत दुख है, बहुत अफसोस है इस चीज़ का कि जवान बच्ची सी उन्होंने ओदा वड्डा भाई आ गला दबा के ओदी जान लै रहा वा, लागे वालद मंजी ते बैठा पैंदा वाले पासे ते एक भाई दी वीडियो बना रहा। हाँ ते मैं हुणी थोड़ी देर पहले ना थोड़ी देर पहले एक वीडियो देखी आ, उस की वो एक उर्दू पॉइंट वाला जिहड़ा मुंडा वो गल कर रहा सी उदां दी वकील नाल, ते वकील दा ये कहना सीगा कि असी जदों उहनां दी पोस्टमार्टम दी रिपोर्ट देखी ना, वो बच्ची के ना हत्थां दे उपर ते पैरां दे उपर गर्म पानी दे निशान सीगे। अच्छा क्योंकि उहनां बाकी दे कि दस नहीं सकदे रिजल्ट सीगे, ते वो दस कि उहदे ना काफ़ी उहदे उपर तशद्दुद होया, इस तों पहले भी उस तों बाद उहदा गला दबाया गया वा, उहदी ना आह देखो तीन तीन नस अगर हड्डियां फ्रैक्चर सीगियां गले दीआं, जे तीन हड्डियां फ्रैक्चर सी। फिर पड़ोसी एक सीगा उहदा ये कहना सी कि सर ਇਹ ਕਹਿ ਰਹੇ ਨੇ ਘਰ ਵਾਲੇ ਉਹ ਬੱਚੀ ਗਲਤ ਸੀਗੀ, ਕਹਿੰਦੇ ਲਿਖਦਾ ਸੀ ਉਹਨਾਂ ਦੇ ਗਵਾਹ ਨਾ ਅਸੀਂ ਕਿਤੇ ਵੀ ਕਸਮ ਖਾ ਸਕਦੇ ਹਾਂ ਨਿਆਂ ਦੇ ਸਕਦੇ ਕਿ ਉਸ ਬੱਚੀ ਦਾ ਇੱਥੇ ਅਸੀਂ ਨਹੀਂ ਸੁਣਿਆ ਵੀ ਕਿਤੇ ਕੁਛ ਗੱਲਬਾਤ ਹੋਵੇ, ਉਹ ਹਰਦੇ ਸਾਡੇ ਘਰ ਨਹੀਂ ਗਏ, ਐਡੀ ਜਵਾਨ ਹੋ ਗਈ ਹਮਸਾਏ ਕਹਿ ਰਹੇ ਹਮਸਾਏ ਕਹਿ ਰਹੇ ਛੋਟੇ ਹੁੰਦੇ ਖੇਡਦੇ ਆ ਗਈ ਹੋਵੇ। ਅੱਛਾ ਅੱਛਾ ਜੋ ਜਵਾਨ ਸਾਡੇ ਘਰ ਨਹੀਂ ਬੱਚੀ ਗਲਤ ਨਹੀਂ ਹੈਗੀ, ਬੱਚੀ ਗਲਤ ਨਹੀਂ ਸੀ ਹੈ ਤੇ ਬਹੁਤ ਨੇਕ ਬੱਚੀ ਸੀ ਉਹਦੇ ਉਹਦੇ ਕਹਿਣ ਦੇ ਮੁਤਾਬਕ ਉਹ ਉਸ ਤੋਂ ਬਾਅਦ ਕੁਛ ਲਾ ਲਓ ਮਿਸਾਲ ਦੇ ਤੌਰ ਤੇ ਗਲਤ ਵੀ ਸੀ ਲੇਕਿਨ ਇਹ ਕੋਈ ਤਰੀਕਾਕਾਰ ਨਹੀਂ ਹੈਗਾ ਜਿੱਡਾ ਤਸ਼ੱਦਦ ਉੱਪਰ ਕੀਤਾ ਗਿਆ, ਤੇ ਜੇ ਸੁਣਨ 'ਚ ਵੀ ਆ ਰਿਹਾ ਕਿ ਉਹਦਾ ਬਹਿਨੋਈ ਵੀ ਨਾਲ ਸੁਣਾ ਦੇ। ਅੱਛਾ ਇੱਕ ਭੈਣ ਦੇ ਕਿ ਬਹਿਨੋਈ ਵੀ ਨਾਲ ਸੀ, ਚਲੋ ਲਾ ਲਓ ਗਲਤ ਸੀਗੀ, ਇੱਕ ਭਰਾ ਵੀਡੀਓ ਬਣਾ ਰਿਹਾ ਸੀਗਾ। ਹਾਂਜੀ ਉਹ ਉਹਨਾਂ ਨੇ ਉਸ ਟਾਈਮ ਕੋਈ ਚੀਖ ਮਾਰੀ ਉਸ ਟਾਈਮ ਮੌਕੇ ਦੇ ਉੱਪਰ, ਅਗਰ ਹੁਣ ਉਹਦੀ ਭੈਣ ਵੀ ਕਹਿੰਦੀ ਵੀ ਨਹੀਂ ਸਾਡੀ ਭੈਣ ਅੱਜ ਲਾਗੀ ਖੜੀ ਸੀ, ਉਸ ਟਾਈਮ ਰੋਲਾ ਕਿਉਂ ਨਹੀਂ ਪਾਇਆ, ਕਿਉਂ ਨਹੀਂ ਸ਼ੋਰ ਪਾਇਆ ਵੀ ਭਾਈ ਸਾਡੀ ਮੇਰੀ ਭੈਣ ਨੂੰ ਮਾਰਦਾ ਮੇਰਾ ਭਾਈ ਤਾਂ ਬਚਾਓ ਆ ਗਏ, ਮਹੱਲੇਦਾਰ ਇਕੱਠੇ ਕਰ ਲੈਂਦੀ ਮਹੱਲੇਦਾਰ ਇਕੱਠੇ ਕਰ ਲਈ, ਉਹਦੇ ਤੋਂ ਉਹਨਾਂ ਕੋਈ ਗੱਲ ਨਹੀਂ ਕੀਤੀ। ਫਿਰ ਬਾਦੂ ਬਾਪ ਵੀ ਇੰਨੀ ਕਰਕੇ ਬੈਠਾ ਪੈਰਾਂ ਉੱਤੇ ਪੈਰ ਹਿਲਾਉਣ ਡਿਆ ਉੱਠਣ ਡਿਆ, ਉਹਨੇ ਕੋਈ ਗੱਲ ਨਹੀਂ ਕੀਤੀ, ਉਹ ਵੀ ਉਦੋਂ ਗੱਲ ਕਰ ਲੈ ਕਿ ਹਾਂ ਵੀ ਤੂੰ ਮੇਰੀ ਧੀ ਨੂੰ ਮਾਰਨ ਵਾਲਾ ਹੁੰਦਾ ਕੌਣ ਹੈ, ਮੇਰਾ ਖੂਨ ਆ, ਮੈਂ ਇਹਨੂੰ ਕੋਈ ਸਜ਼ਾ ਦਵਾਣਾ ਦਵਾਂ ਤੂੰ ਕੌਣ ਹੁੰਦਾ ਵੀ ਚੁੱਪ ਆ। ਫਿਰ ਪਿੱਛੇ ਜਿਹੜਾ ਭਾਈ ਜਿਹੜਾ ਜਿਹਨੇ ਵੀਡੀਓ ਇਹ ਵੀਡੀਓ ਪਤਾ ਕਦੋਂ ਵਾਇਰਲ ਹੋਈ, ਇਹ ਗੁਲਾਂ ਵਾਲੇ ਦਿਨ ਸ਼ਾਮ ਜਾ ਕੇ ਵੀਡੀਓ ਵਾਇਰਲ ਹੋਈ, ਉਹਨੇ ਜਾ ਕੇ ਫਿਰ ਅਪਲੋਡ ਕੀਤੀ। ਅੱਛਾ ਅੱਛਾ ਅੱਛਾ, ਨਹੀਂ ਤੇ ਉਹਨਾਂ ਨੇ ਪਹਿਲੇ ਮਹੱਲੇ ਦੇ ਵਿੱਚ ਉਹਨੇ ਇਹੀ ਖਾਪੇ ਵੀ ਸਾਡੀ ਬੱਚੀ ਤਬੀਅਤ ਖਰਾਬ ਆ, ਕੀ ਹੋਇਆ ਜੀ, ਖਰਾਬ ਹੋਇਆ ਜੀ, ਕਾਹਤੋਂ ਖਰਾਬ ਹੋਈ, ਭੱਜ ਕੇ ਮੋਟਰਸਾਈਕਲ ਲੈ ਕੇ ਡਾਕਟਰ ਨੂੰ ਲੈ ਕੇ, ਡਾਕਟਰ ਕਹਿੰਦਾ ਡਾਕਟਰ ਨੂੰ ਲੈ ਕੇ ਨਹੀਂ ਤੇ ਨਾਲੇ ਗੱਡੀ ਆ ਗਈ ਆ, ਕੀ ਹੋਇਆ ਜੀ, ਇਹਨੂੰ ਹਸਪੀਟਲ ਲੈ ਕੇ ਨਾ, ਕੀ ਹੋਇਆ ਜੀ, ਇਹਨੂੰ ਰੋਜ਼ੇ ਰੱਖਦੀ ਸੀਗੀ ਜਾਮੇ ਸ਼ੀਰ ਦਾ ਪਾਣੀ ਪੀਤਾ ਇਹਨੇ, ਇਹਨੂੰ ਹੈਜ਼ਾ ਹੋ ਗਿਆ ਯਾਰ, ਜਾਮੇ ਸ਼ੀਰ ਨਾਲ ਕੋਈ ਹੈਜ਼ੇ ਦਾ ਤੁੱਕ ਨਹੀਂ ਬਣਦਾ, ਠੀਕ ਹੈ, ਬਿਲਕੁਲ ਉਹ ਉਹਦੇ ਉੱਪਰ ਤਸ਼ੱਦਦ ਬੇਇੰਤਹਾ ਕੀਤਾ ਗਿਆ ਵਾ, ਪਾਣੀ ਜਿਹੜਾ ਗਰਮ ਸੀਗਾ ਉਹਦੇ ਸਮਝ ਆ ਰਿਹਾ ਵੀ ਉਹਨਾਂ ਨੇ ਪਾਇਆ, ਇਸ ਤੋਂ ਇਲਾਵਾ ਪਤਾ ਨਹੀਂ ਕਿਹੜੀ ਕਿਹੜੀ ਸ਼ਾਇ ਹੋਣੀ ਹੈ ਜਿਹੜੀ ਉਹਨੂੰ ਤੇ ਉਹਦੇ ਉੱਪਰ ਤਸ਼ੱਦਦ ਵਾਸਤੇ ਇਸਤੇਮਾਲ ਕੀਤੀ ਹੋਈ, ਹੋ ਸਕਦਾ ਉਹਨੂੰ ਪਹਿਲੇ ਕਿਸੇ ਵੀ ਸਾਕਣ ਵਾਲੀ ਚੀਜ਼ਾਂ ਨੂੰ ਮਾਰਿਆ ਗਿਆ ਹੋਵੇ, ਜਿਹੜੀ ਮਜ਼ਬੂਤ ਠੋਸ ਵਾਲੀ ਚੀਜ਼ ਹੋਵੇ, ਕੋਈ ਲੋਹੇ ਦੀ ਹੋ ਸਕਦੀ, ਲੱਕੜ ਦੀ ਹੋ ਸਕਦੀ ਯਾਰ, ਇਹ ਤਾਂ ਪੁਲਿਸ ਇਨਕੁਆਇਰੀ ਕਰ ਰਹੀ ਹੈ ਤੇ ਪਤਾ ਲੱਗ ਹੀ ਜਾਣਾ ਨਾ, ਪੁਲਿਸ ਨੇ ਤਾਂ ਬਈ ਦੇਖੋ ਪੁਲਿਸ ਨੇ ਮਾਫੀ ਨਹੀਂ, ਹਾਂ ਮਾਫੀ ਨਹੀਂ ਦੇਣੀ, ਉਹਨਾਂ ਨੇ ਕੱਢ ਹੀ ਲੈਣਾ ਨਾ। ਹਾਂਜੀ ਉਹਨਾਂ ਨੇ ਕੱਢ ਹੀ ਲੈਣਾ, ਜੋ ਸੱਚ ਹੈ ਉਹਨੇ ਸੱਚ ਦੇਖੋ ਸਹੀ ਕੀ ਤੇ ਗਲਤ ਕੀ ਤੇ ਸਿਰਫ ਵੀਡੀਓ ਦੇ ਵਿੱਚ ਆ, ਬਿਲਕੁਲ ਇਹਦੇ ਵਿੱਚ ਭਾਵੇਂ ਪੁਲਿਸ ਨੂੰ ਕੁਛ ਨਹੀਂ ਕਰਨ ਦੀ ਲੋੜ, ਗਲਤ ਬਾ ਰਿਹਾ ਵਾ ਭਾਅ ਉਹਦਾ ਦੇ ਸਾਫ ਕਲੀਅਰ ਨਜ਼ਰ ਆ ਰਿਹਾ ਤਾਂ ਗਲਤ ਬਾ ਰਿਹਾ ਵਾ, ਬੱਚੀ ਦੀ ਆਵਾਜ਼ ਤੱਕ ਨਿਕਲਣ ਦੀ ਯਾਰ, ਉਸ ਭੈਣ ਦੀ ਆਵਾਜ਼ ਤੱਕ ਨਿਕਲਣ ਦਿੱਤੀ, ਤੇ ਜਿਹੜੀ ਹੁਣ ਕਹਿ ਰਹੀ ਹੈ ਕਿ ਮੇਰੀ ਭੈਣ ਨਾਲ ਗਲਤ ਹੋਇਆ ਵਾ, ਜਿਹੜਾ ਬਾਪ ਕਹਿ ਰਿਹਾ ਮੇਰੀ ਧੀ ਨੂੰ ਮਾਰਿਆ ਉਹ ਵੀ ਲਾਗੇ ਖੜੇ ਆ, ਇੱਕ ਭਰਾ ਵੀਡੀਓ ਬਣਾ ਰਿਹਾ ਜਿਹਨੇ ਅਪਲੋਡ ਕੀਤੀ, ਅਗਲੇ ਦਿਨ ਕਹਿੰਦੇ ਉਦੋਂ ਕਿਉਂ ਨਹੀਂ ਕਹਿਤਾ ਇਹਨੇ, ਹਾਂ ਹੁਣ ਕਹਿੰਦਾ ਕਿਨੇ ਮੇਰੀ ਭੈਣ ਨਾਲ ਜ਼ਿਆਦਤੀ ਕੀਤੀ ਨੇ, ਮੇਰੀ ਭੈਣ ਨੂੰ ਮਾਰਿਆ, ਯਾਰ ਤੂੰ ਉਦੋਂ ਕਹਿ ਉਦੋਂ ਕਹਿ, ਸ਼ਾਇਦ ਜਾਨ ਬਾਜੀ ਮਾਸੂਮ ਜਾਨ ਦੀ ਏਡੀ ਨੇਕ ਔਰਤ, ਅੱਲਾਹ ਦੇ ਦਰਜਾਤ ਬੁਲੰਦ ਕਰੇ, ਜਿਹੜੀ ਨਮਾਜ਼ਾਂ ਸਾਰੀਆਂ ਪੜ੍ਹੀ ਆ ਰੋਜ਼ੇ ਰੱਖਣ ਦੀ, ਯਾਰ ਫਰਜ਼ੀ ਬਾਤਾਂ ਤੇ ਹੈ ਬਿਲਕੁਲ, ਉਹ ਨਵਾਫਲੀ ਬਾਤਾਂ ਨੂੰ ਛੱਡਣ ਦੀ, ਸ਼ਾਇਦ ਉਸ ਨੇਕ ਔਰਤ ਦੀ ਜਾਨ ਬਾਜੀ, ਲੇਕਿਨ ਉਹਨਾਂ ਨੇ ਇੱਦਾਂ ਨਹੀਂ ਕੀਤਾ, ਉਲਾਲੇ ਦਿਨ ਵੀ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦਾ, ਅਸੀਂ ਕੁਛ ਕੱਟਦੇ ਸਾਦੇ, ਲੇਕਿਨ ਅਸੀਂ ਫਿਰ ਵੀ ਅਫਸੋਸ ਰਹੇ, ਸਾਨੂੰ ਇਸ ਚੀਜ਼ ਦਾ ਦੁੱਖ ਆ ਕਿ ਅਸੀਂ ਉਹਨਾਂ ਦੇ ਨਾਲ ਦੁੱਖ 'ਚ ਸ਼ਾਮਿਲ ਹਾਂ ਜਿਹੜੇ ਇਸ ਕੰਮ ਦੇ ਵਿੱਚ ਮੁਲਵਸ ਨਹੀਂ ਸੀ ਹੈ। ਬਾਕੀ ਮੈਂ ਸਭ ਨੂੰ ਇਹ ਕਹੂੰਗਾ ਵੀ ਯਾਰ ਦੇਖੋ ਕੋਈ ਵੀ ਇੱਦਾਂ ਤੁਹਾਡੇ ਘਰ ਦੇ ਵਿੱਚ ਵੀ ਹਾਦਸਾ ਹੋਏਦਾ, ਤੁਹਾਡੇ ਕਿਸੇ ਚੀਜ਼ ਦਾ ਹੋਏਦਾ, ਇੱਦਾਂ ਨਾ ਤਸ਼ੱਦਦ ਨਾ ਕਰੋ, ਜਾਨਵਰ ਨਾ ਬਣੋ, ਛੋਟੀਆਂ ਮੋਟੀਆਂ ਗਲਤੀਆਂ ਹੁੰਦੀਆਂ ਵਾ, ਮਰਦਾਂ ਤੋਂ ਵੀ ਹੁੰਦੀਆਂ, ਔਰਤਾਂ ਤੋਂ ਵੀ ਹੁੰਦੀਆਂ, ਲੇਕਿਨ ਉਹਦਾ ਆਹ ਹੱਲ ਨਹੀਂ ਹੈ ਬਿਲਕੁਲ, ਖੁਦਾ ਦਾ ਖੌਫ ਕਰੋ, ਸਭ ਨੇ ਜਾਣਾ ਕਿ ਆਹ ਟਾਈਮ ਤੇ। ਛੇੜੀ ਨਾ ਨੂੰ ਦੱਬ ਦੇ ਦੱਬ ਦੇ ਸਟੋਪ ਕਰ, ਗਲਤ ਨਾ ਕਰ ਦੇਵੇ। ਹਾਂ।